ਦਿਖਾਵੇ ਲੱਗਦੇ ਨੇ ਤਾਂ ਉਸਦੀ ਇੱਕ ਮੰਦਭਾਗੀ ਤਸਵੀਰ ਹੈ ਤਾਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਤਾਂ ਭਵਾਨੀਗੜ੍ਹ ਦੇ ਬਾਲਦ ਰੋਡ ਦੀਆਂ ਨੇ, ਤਾਂ ਜਿੱਥੇ 50 ਸਾਲ ਦਾ ਇੱਕ ਰੁੱਖ ਨੂੰ ਵੱਢਿਆ ਜਾਂਦਾ, ਜਿਸ ਤੋਂ ਬਾਅਦ ਪਿੰਡ ਵਾਸੀ ਉਸਦਾ ਵਿਰੋਧ ਕਰਦੇ ਨੇ। ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤਾਂ 50 ਸਾਲ ਤੋਂ ਇੱਕ ਬੋਰਡ ਦੀ ਛਾਂ ਦੇ ਰਿਹਾ ਸੀ ਲੋਕਾਂ ਨੂੰ, ਤਾਂ ਸੜਕ ਬਣਨੀ ਹੈ ਜਿਹੜੀ ਸਮਾਣਾ ਰੋਡ ਜਿਹੜੀ ਬਣਨੀ ਹੈ ਉਸ ਤੋਂ ਤਹਿਤ ਜਿਹੜਾ ਇਹ ਰੋਡ ਤੇ ਰੁੱਖ ਵੱਢੇ ਜਾ ਰਹੇ ਸੀ। ਤਾਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਕਈ ਸਾਲਾਂ ਤੋਂ ਪਾਲਿਆ ਵੱਡਾ ਸਾਰਾ ਰੁੱਖ ਮਿੰਟਾਂ ਸਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਜਾਂਦਾ। ਤਸਵੀਰਾਂ ਨੇ ਜਿਹੜੀਆਂ ਤਾਂ ਤੁਹਾਨੂੰ ਦਿਖਾ ਰਿਹਾ, ਜਿਸ ਤੋਂ ਬਾਅਦ ਪਿੰਡ ਵਾਸੀ ਇਸਦਾ ਵਿਰੋਧ ਕਰਦੇ ਨੇ ਤੇ ਧਰਨਾ ਵੀ ਲਗਾ ਲੈਂਦੇ ਨੇ। ਤਾਂ ਮੌਕੇ ਤੇ ਜਿਹੜੀ ਫੋਰੈਸਟ ਮਹਿਕਮੇ ਦੀ ਟੀਮ ਵੀ ਪਹੁੰਚ ਜਾਂਦੀ ਹੈ। ਤਾਂ ਕੀ ਹੈ ਪੂਰਾ ਮਾਮਲਾ, ਕੀ ਕਹਿਣਾ ਪਿੰਡ ਵਾਸੀਆਂ ਦਾ, ਕੀ ਕਹਿਣਾ ਇਸ ਮਸਲੇ ਨੂੰ ਲੈ ਕੇ ਅਧਿਕਾਰੀਆਂ ਦਾ, ਤਾਂ ਤੁਸੀਂ ਵੀ ਸੁਣੋ। ਸੁਖੀ ਜੀ, ਤੇ ਆਪਾਂ ਪਿੰਡ ਬਾਲਦ ਖੁਰਦ ਚੋਂ ਖੜੇ ਆ ਅੱਡੇ ਤੇ। ਹੁਣ ਆਪਾਂ ਟੈਸਟ ਕੀਤਾ ਆਪਣੇ ਪੁਰਾਣਾ ਦਰਖਤ ਆ, ਬਹੁਤ ਜ਼ਿਆਦਾ ਲਗਭਗ 100 ਸਾਲ ਉਮਰ ਹੋ ਗਈ ਦਰਖਤ ਦੀ, ਆਪਣੇ ਬਜ਼ੁਰਗਾਂ ਦੇ ਮਾਫਕ ਆ, ਹਨਾ। ਜਿਵੇਂ ਆਪਾਂ ਲਾ ਲਓ ਸਾਹਿਬ, ਅੱਜ ਕੱਲ੍ਹ ਹਰੇਕ ਕੋਈ ਕਹਿ ਰਿਹਾ ਰੁੱਖ ਲਾਓ, ਹਨਾ, ਰੁੱਖ ਐਂ ਕਰੋ, ਰੁੱਖ ਵੱਢੋ ਨਾ, ਐਂ ਕਰੋ, ਪਰ ਮੂਹਰੇ ਕੋਈ ਨਹੀਂ ਹੋਣਾ ਚਾਹੁੰਦਾ। ਹੁਣ ਐਡੇ ਐਡੇ ਦਰਖਤ ਹੋ ਰਹੇ ਨੇ ਜਿਹੜੇ, ਇਹਨਾਂ ਨੂੰ ਸਾਰੇ ਵੱਢਣ ਦੇ ਹੋ ਰਹੇ ਨੇਗੇ। ਬਾਈਆਂ ਨਾਲ ਆਪਾਂ ਕਿਹਾ ਸੀ, ਬਾਈਆਂ ਨਾਲ ਗੱਲ ਕੀਤੀ ਸੀ, ਬਾਈ ਕਹਿੰਦੇ ਅਸੀਂ ਤਾਂ ਟੈਂਡਰ ਲਿਆ ਹੋਇਆ ਜੀ, ਸਾਨੂੰ ਤਾਂ ਸਿਰਫ ਇੱਥੇ ਤੱਕ ਮਤਲਬ, ਇਹਨੂੰ ਵੱਢੋ, ਖਤਮ ਕਰੋ ਤੇ ਸੜਕ ਬਣਾਓ। ਹੁਣ ਜੇ ਆਪਾਂ ਐਂ ਸੜਕਾਂ ਬਣਾਉਣ ਦੇ ਪਿੱਛੇ ਲੱਗੇ ਰਹਾਂਗੇ, ਹਨਾ, ਇਹਨਾਂ ਨੂੰ ਕੌਣ ਸਾਂਭੂਗਾ? ਜੇ ਆਪਾਂ ਇਹਨਾਂ ਨੂੰ ਸਾਂਭਾਂਗੇ ਤਾਂ ਹੀ ਅੱਜ ਆਪਾਂ ਇਕੱਠੇ ਹੋ ਕੇ ਇਹਨਾਂ ਖਿਲਾਫ਼, ਸਰਕਾਰ ਖਿਲਾਫ਼ ਉੱਠਾਂਗੇ, ਵੀ ਇਹਨਾਂ ਨੂੰ ਸਾਂਭਣ ਦੀ ਜ਼ਰੂਰਤ ਆ, ਇਹਨਾਂ ਦੇ ਖਿਲਾਫ਼ ਆਪਾਂ ਨੂੰ ਖੜੇ ਹੋਣ ਦੀ ਜ਼ਰੂਰਤ ਆ, ਤਾਂ ਹੀ ਆਪਣਾ ਕੁਛ ਬਣੂਗਾ। ਨਹੀਂ ਤਾਂ ਇਹ ਸਾਰੀਆਂ ਆਪਣੇ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹ ਸਭ ਕੁਛ ਦੇਖਣ ਨੂੰ ਮਿਲਣਾ ਹੀ ਨਹੀਂ ਹੈਗਾ। ਵੀਰੇ ਲਗਾਉਣ ਨੂੰ ਤਾਂ ਸਾਰੇ ਵੋਟਾਂ ਬਟੋਰਨ ਵਾਸਤੇ ਤਾਂ ਸਭ ਕੁਛ ਕਰਦੇ ਨੇ, ਵੋਟਾਂ ਹੁਣ ਵੋਟਾਂ ਆ ਰਹੀਆਂ ਨੇ, ਸਾਰਿਆਂ ਨੇ ਕਹਿ ਦੇਣਾ ਸਾਨੂੰ ਵੋਟ ਪਾਓ ਜੀ, ਅਸੀਂ ਪਿੰਡ ਦਾ ਆਹ ਕਰਾਂਗੇ, ਵਾਹ ਕਰਾਂਗੇ। ਹੁਣ ਜਿਹੜੇ ਪਿੰਡ ਦੀਆਂ ਸੱਥਾਂ ਨੇ ਉਰੇ ਲਗਭਗ ਆ ਕੇ ਪੁਰਾਣੇ ਬਜ਼ੁਰਗ ਆਪਣੇ ਬੈਠਦੇ ਨੇਗੇ, ਹਨਾ, ਬਹੁਤ ਜ਼ਿਆਦਾ ਸ਼ੌਂ ਆ, ਹਨਾ, ਨੈਚੁਰਲ ਬਿਊਟੀ ਆ ਇਹ। ਦੇਖੋ ਜੀ, ਮੈਨੂੰ ਜਿੱਥੇ ਤੱਕ ਮੈਨੂੰ ਪਤਾ ਜੀ, ਮੇਰੇ ਜਨਮ ਤੋਂ ਬਹੁਤ ਸਾਲ ਪਹਿਲਾਂ ਦਾ, ਤੇ ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗਦਾ ਵੀ ਲਗਭਗ 100 ਸਾਲ ਦੇ ਕਰੀਬ ਉਮਰ ਹੈਗੀ ਆ ਜੀ। ਦੁਬਾਰਾ ਇਦਾਂ ਦਾ ਕਰ ਸਕਦੇ ਨੇ ਜੀ, ਦੁਬਾਰਾ ਕੀ ਲਾਉਂਦੇ 100 ਸਾਲ ਵੀਰੇ? ਰੱਬ ਦਾ ਨਾਂ ਰਿਹਾ ਜੀ, ਇਹ ਤਾਂ ਹੁਣ ਜੇ ਅੱਜ ਲਾ ਰਹੇ ਆਪਾਂ ਦਰਖਤ, ਕਿੱਥੇ 100 ਸਾਲ, ਕਿਹਨੇ ਦੇਖਿਆ 100 ਸਾਲ? ਤੁਸੀਂ ਦੇਖਿਆ ਹੋਣਾ ਨਾ, ਬਾਈਆਂ ਨੇ ਦੇਖਿਆ ਹੋਣਾ ਨਾ। ਹੁਣ ਜਿਹੜੇ ਪੁਰਾਣੇ ਬਜ਼ੁਰਗ ਨੇ, ਇਹਨਾਂ 'ਚ ਵੀ 100 ਸਾਲ ਦਾ, 100 ਚੋਂ 1 ਦਾ ਬੰਦਾ 100 ਸਾਲ ਦਾ ਹੁੰਦਾ, ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਆਪਾਂ ਨੇ, ਇਹ 100 ਸਾਲ ਦਾ ਦਰਖਤ ਹੋ ਗਿਆ, ਜਿਨ੍ਹਾਂ ਨੂੰ ਪਤਾ ਹੁੰਦਾ। ਵੀਰੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਵੇਂ ਇਹ ਪੁਰਾਣੇ ਦਰਖਤ ਨੇ, ਇਹਨਾਂ ਦੀ ਕਟਾਈ ਰੋਕੀ ਜਾਵੇ, ਜਿੱਥੇ ਤੱਕ ਹੋ ਸਕਦਾ ਸੜਕ ਦੀ ਰੌਲਾ ਥੋੜਾ ਜਿਹਾ ਘਟਾ ਕੇ ਵੀ ਹੋ ਜਾਂਦਾ, ਕਿੰਨਾ ਕੁ ਫੁੱਟ ਜਗ੍ਹਾ ਨਾ। ਵੀਰੇ ਦੇਖੋ, ਛੋਟੇ ਦਰਖਤ ਹੁੰਦੇ ਨੇ ਜਿਹੜੇ, ਉਹਨਾਂ ਦਾ ਉਹਨਾਂ ਦੁੱਖ ਨਹੀਂ ਲੱਗਦਾ, ਕਿਉਂ ਉਹ 1-2 ਸਾਲ ਨੂੰ ਫਿਰ ਵੀ ਹੋ ਜਾਂਦੇ ਨੇ। ਹੁਣ ਜਿਹੜੇ ਇਹ ਦਰਖਤ ਨੇ, ਇਹ ਹੁਣ 1-2 ਸਾਲ ਵਾਲੇ ਤਾਂ ਹੈ ਨਹੀਂ ਜੀ, ਹੁਣ 100 ਸਾਲ ਉਮਰ ਹੋ ਗਈ ਇਹਦੀ, 100 ਸਾਲ ਤੱਕ ਕਿਹਨੇ ਦੇਖਿਆ ਵੀ ਹਾਂ ਅੱਗੇ 100 ਸਾਲ ਵੱਡਾ? ਬਹੁਤ ਸਾਲ ਲੱਗ ਜਾਣਗੇ, 100 ਸਾਲ, ਉਹੀ ਗੱਲ ਕਰ ਰਹੇ ਨੇ ਵੀਰੇ। ਹੁਣ ਆਪਣਾ 100 ਸਾਲ ਕਦੋਂ ਆਇਆ, ਕਿਹਨੇ ਐਡੇ ਦਰਖਤ ਦੇਖਣੇ ਨੇ? ਹੁਣ ਜਿਹੜੀਆਂ ਆਪਣੀਆਂ ਨਵੀਆਂ ਪੀੜ੍ਹੀਆਂ ਨੇ, ਉਹਨਾਂ 'ਚੋਂ ਕੌਣ 100 ਸਾਲ ਤੱਕ ਜੀਣ ਵਾਲਾ, ਜਿਹੜੇ ਸਾਡੇ ਨਸ਼ੇ ਚੱਲ ਰਹੇ, ਨਸ਼ਿਆਂ ਨੇ ਸਾਰਾ ਖਾ ਲਏ। ਇੰਦਰਪਾਲ ਸਿੰਘ, ਇਹ ਮਾਮਲਾ ਸਰ ਐ, ਇਹ ਟੋਟਲ ਨਾ ਜਿਹੜੇ ਆਪਣੇ ਭਵਾਨੀਗੜ੍ਹ ਤੋਂ ਸਮਾਣਾ ਰੋਡ ਜਾਂਦੀ ਸੀ, ਇਹਦੇ ਵਿੱਚ ਟੋਟਲ 603 ਰੁੱਖਾਂ ਦੀ ਲਿਸਟ ਬਣੀ ਸੀ, ਜੇ ਕਿ ਕਬਜ਼ਾ ਵੀ ਹੋ ਚੁੱਕਿਆ ਸੀ ਠੇਕੇਦਾਰ ਵੱਲੋਂ, ਇਹ ਲਾਟ ਖਰੀਦਿਆ ਗਿਆ ਸੀਗਾ ਟੈਂਡਰ ਦੇ ਰਾਹੀਂ। ਉਸ ਤੋਂ ਬਾਅਦ ਬਾਕੀ 1 ਰੁੱਖ ਪਿੰਡ ਦੇ ਨੇੜੇ ਜੋ ਕੋਈ ਹੈਗਾ, ਪਿੰਡਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਇਹ ਰੁੱਖ ਸਾਡੇ ਵਾਸਤੇ ਇਹ ਸੱਟ ਦਿਓ, ਪਰ ਅਸੀਂ ਆਪਦੀ ਪੋਸਟ ਮੁਤਾਬਕ ਤਾਂ ਅਸੀਂ ਤਾਂ ਇਹ
ਕੰਮ ਨਹੀਂ ਕਰਦੇ, ਸਾਡੇ ਉੱਚ ਅਧਿਕਾਰੀ ਇਸ ਦੀ ਪ੍ਰਵਾਨਗੀ ਦੇ ਸਕਦੇ ਨੇ ਜਾਂ VNR ਵੱਲੋਂ ਸਾਂਝੀ ਇੰਸਪੈਕਸ਼ਨ ਕਰਕੇ, ਠੀਕ ਹੈ, ਇਹ ਲਿਸਟਾਂ ਬਣਾਈਆਂ ਗਈਆਂ ਸੀ। ਬਾਕੀ ਜਿਹੜਾ ਛੱਡ ਸਕਦੇ ਨੇ VNR ਦੇ ਉੱਤੇ ਲੈਟਰ ਮੁਤਾਬਕ, ਉਸ ਤੋਂ ਬਾਅਦ ਛੱਡ ਸਕਦੇ ਹਾਂ। ਹੁਣ ਤਕਰੀਬਨ ਟੋਟਲ 603 ਰੁੱਖਾਂ ਦੀ ਬਣੀ ਸੀ, ਉਹਦੇ ਵਿੱਚੋਂ ਇਹ 5 ਕੁ ਰੁੱਖ ਬਾਕੀ ਬਚਦੇ ਨੇ। ਬਾਕੀ ਨਹੀਂ ਨਹੀਂ ਉਹ ਹੁੰਦੀ ਰਹਿੰਦੀ ਹੈ, ਉਹ ਆਪਣੇ ਵਣ ਮੰਡਲ ਸੰਗਰੂਰ, ਵਣ ਮੰਡਲ ਅਫਸਰ ਸੰਗਰੂਰ, ਉਹਨਾਂ ਕੋਲ ਕੇਸ ਇਹ ਸੈਂਟਰ ਗੌਰਮੈਂਟ ਦਾ ਆਉਂਦਾ, ਉਹਨਾਂ ਨੇ ਅੱਗੇ ਇਹ ਜਗ੍ਹਾ ਤੈਅ ਕਰਨੀ ਤੇ ਵੀ ਕਿੱਥੇ ਇਹ ਸਾਡੇ ਪ੍ਰੋਜੈਕਟ ਹੁੰਦਾ, ਪ੍ਰੋਜੈਕਟ ਦੇ ਅਗੇਂਸਟ ਅੱਗੇ ਕਿੱਥੇ ਪਲਾਂਟੇਸ਼ਨ ਕਰਵਾਉਣੀ। ਹਾਂ ਹਾਂ ਬਿਲਕੁਲ ਬਿਲਕੁਲ ਇਹ ਕੰਪਨਸੈਂਟਰੀ ਦਾ ਸਾਡਾ ਕੇਸ ਹੁੰਦਾ, ਉਹ ਰੋਡ ਕਲੀਅਰ ਦੱਸਣਾ ਹੁੰਦਾ ਆਪਣੇ ਵਣ ਮੰਡਲ ਸੰਗਰੂਰ ਜੀ ਵੱਲੋਂ, ਉੱਚ ਅਧਿਕਾਰੀਆਂ ਵੱਲੋਂ ਵੀ ਇਹਦੇ ਅਗੇਂਸਟ ਪਲਾਂਟੇਸ਼ਨ ਕਿੱਥੇ ਲਗਾਉਣੀ ਹੈ। ਹਾਂ ਨਹੀਂ ਮੇਰੇ ਤਾਂ ਮੇਰੇ ਸੀਨੀਅਰ ਅਫਸਰ ਨਾਲ ਹੋਈ ਸੀ, ਜਿਹਨਾਂ ਵੱਲੋਂ ਸੈਂਕਸ਼ਨ ਕਰਕੇ ਲਿਸਟਾਂ ਸਾਨੂੰ ਦਿੱਤੀਆਂ ਗਈਆਂ ਸੀਗੀਆਂ।